ਬਿਲਕੁਲ ਨਹੀਂ, ਇਹ ਮਸੀਹ ਤੋਂ ਜੁੱਤੀ ਚੁੱਕ ਕੇ ਨਸਣ ਵਾਲੇ ਜਵਾਨ ਖਿਆਲ ਹੈ ਕਿ ਇਹਨਾਂ ਦੇ ਮਗਰ ਕੁੱਤੇ ਲੱਗੇ। ਬਕਵਾਸ ਬੰਦ ਕਰ, ਇਹਨਾਂ ਦੇ ਮਗਰ ਤੇ ਅਸੀਂ ਲੱਗੇ। ਮੇਰਾ ਖਿਆਲ ਹੈ ਕਿਸੇ ਪੂਣੇ ਦੇ ਖੱਖੜੀ ਚ ਰੋਲਾ ਮਾਰ ਕੇ ਨਸੇ। ਉਹ ਨਹੀਂ, ਮੇਰਾ ਖਿਆਲ ਹੈ ਕਿ ਇਹਨਾਂ ਨੇ ਨਸਮੀਆਂ ਸ਼ਰਤਾਂ ਲਾਈਆਂ ਨੇ ਉਹਨਾਂ ਦੀਆਂ। ਮੈਂ ਤੇ ਸਿਰਫ ਲੜਾਈ ਕੀਤੀ ਸੀ। ਆਹੋ ਆਹੋ, ਮਾਸੀ ਸਾਡੇ ਨੇ ਆਪਣੇ ਦੁਪੱਟੇ ਬਣਾਉਣ ਲਈ ਸਿਰਾਂ ਤੋਂ ਲਾ ਲਈਆਂ ਸਨ। ਤੇਰੀਆਂ ਇਸ ਤਰ੍ਹਾਂ ਲੜਾਈਆਂ ਹੁੰਦੀਆਂ ਰਹੀਆਂ ਨਾ, ਤੇ ਇਨਸ਼ਾਅੱਲਾ ਮਾਸੀ ਸਾਡੇ ਨੂੰ 10 ਸਾਲ ਦੁਪੱਟਿਆਂ ਦੀ ਲੋੜ ਨਹੀਂ ਪੈਣੀ। ਮੈਂ ਕਿਹਾ ਉਹ ਜੁੱਤੀਆਂ ਲਾ ਕੇ ਜਾ ਕੇ ਨਸਦੇ ਇੱਥੋਂ। ਮੈਂ ਕਿਹਾ ਅਸਲਾ ਵੀ ਚੱਲ ਪਿਆ ਛੱਡ ਕੇ ਨੇ। ਬੇਵਕੂਫਾ, ਹਮਸਾਇਆਂ ਨਾਲ ਲੜਨ ਦਾ ਇਹੋ ਹੀ ਫਾਇਦਾ ਹੈ, ਅਸਲਾ ਛੱਡ ਕੇ ਨਸ ਜਾਂਦੇ। ਬਕਵਾਸ ਨਾ ਕਰ, ਇਹ ਜੁੱਤੀਆਂ ਤੇ ਪੱਗਾਂ ਲੈ ਕੇ ਉਹਨਾਂ ਦੇ ਘਰ ਛੱਡ। ਚਲੋ ਠੀਕ, ਲਿਆ। ਮੈਂ ਕਿਹਾ ਯਾਰ ਅਖਤਰ, ਇਸ ਨਾ ਕਰੀਏ, ਜੁੱਤੀਆਂ ਤੇ ਪੱਗਾਂ ਦੇ ਕੇ ਦਰਜਨ ਪਿਆਲੇ ਲੈ ਲਈਏ, ਤੇਰੇ ਵਿਆਹ ਦੇ ਸ਼ੋਰੇ ਦੇ ਕੰਮ ਆਣ। ਚੱਲ ਚੱਲ, ਬਕਵਾਸ ਨਾ ਕਰਿਆ ਕਰ, ਚੱਲ। ਅੱਛਾ ਯਾਰ, ਮੈਨੂੰ ਆਪਣੇ ਮੁੰਡੇ ਨਾਲ ਨਿਪਟਣਾ ਪਏਗਾ। ਨਾਲ ਪੀਲੀਆਂ ਨੀਲੀਆਂ ਪੱਗਾਂ ਢਾਈਡਾ ਜਾਨੇ ਯਾਰ, ਇਹ ਤੁਸੀਂ ਸੋਚਦੇ ਕੀ ਪਏ ਹੋ? ਠਾਠਾਨੇ ਦੀ ਤੇ ਮਾਂ ਲੱਗੀ ਜੇ। ਚੌਰ ਜੀ, ਜੇ ਇਹ ਜੁੱਟੀਆਂ ਇਕੱਠੀਆਂ ਲੈ ਲੋਗੇ ਨਾ, ਤੇ ਇਮਾਨ ਨਾ ਬੜੀਆਂ ਸਸਤੀਆਂ ਪੈਣਗੀਆਂ ਜੀ। ਉਹ ਦੇਖਦੇ ਕੀ ਉਹ ਥਾਲੇ ਇਹਨਾਂ ਨੂੰ, ਸਾਡੀਆਂ ਪੱਗਾਂ ਸਾਡੇ ਕੇ ਵਿੱਚ ਲਾਣ। ਕਿਉਂ ਐਡਾ ਜ਼ੋਰ ਨਾਲ ਬੋਲਣਾ? ਇਹਨਾਂ ਕਿਹਾ ਬਾਸੀ ਘੀਏ ਵਰਗਾ ਮੂੰਹ ਹੈ ਤੇਰਾ। ਉਹ ਅਸੀਂ ਤੇ ਚੁੱਕ ਕੇ ਲਿਆਏ, ਇਹਨਾਂ ਦੀ ਮਿਹਨਤ ਮੰਗਣ ਡਏ। ਬਕਵਾਸ ਬੰਦ ਕਰ, ਨਹੀਂ ਤੇ ਅਸੀਂ ਥਾਂ ਮਾਰ ਦੇਣੇ ਤੁਹਾਨੂੰ। ਉਹ ਲਾਲ ਕਲ ਦੀਆਂ ਜੁੱਤੀਆਂ ਖੁੱਤੇ ਢਾਈ ਜਾਂਦੇ, ਇਹ ਲਾਲ ਪੀਲੀਆਂ ਨੀਲੀਆਂ ਪੱਗਾਂ ਢਾਈ ਜਾਂਦੇ। ਸ਼ੇਰੂ, ਸਾਡੀਆਂ ਪੱਗਾਂ ਨੇ ਜੁੱਤੀਆਂ ਨਾਲ ਲਈ ਜਾਂਦੇ ਨੇ।